everyone, it's me Lali Ma and you guys are watching your favorite show Star Talk. So Sat Shri Akal ji. Sat Shri Akal ji. ਕਿਵੇਂ ਹੋ ਜੀ ਤੁਸੀਂ? ਵਧੀਆ ਜੀ, ਬਹੁਤ ਵਧੀਆ। ਸੋ ਇੱਕਦਮ ਰੈਡੀ ਕਿ ਫਿਲਮ ਰਿਲੀਜ਼ ਹੋ ਰਹੀ ਹੈ ਐਂਡ ਲੋਕਾਂ ਵਿੱਚ ਬਹੁਤ ਜ਼ਿਆਦਾ ਐਕਸਾਈਟਮੈਂਟ ਹੈ ਇਸ ਫਿਲਮ ਦੇ ਲਈ। ਬਿਲਕੁਲ ਜੀ, ਬਹੁਤ ਹੀ ਐਕਸਾਈਟਡ ਨੇ ਸਾਰੇ। ਜਦੋਂ ਅਸੀਂ ਇਨਫੈਕਟ ਇਹ ਟ੍ਰੇਲਰ ਫਸਟ ਟਾਈਮ ਰਿਲੀਜ਼ ਕਰ ਰਹੇ ਸੀ ਤੇ ਇਹ ਸਾਡੇ ਪ੍ਰੋਡਿਊਸਰ ਸਾਹਿਬ ਥੋੜੇ ਜਿਹਾ ਨਰਵਸ ਸੀਗੇ ਕਿ ਪਤਾ ਨਹੀਂ ਕੀ ਰਿਐਕਸ਼ਨ ਹੋਊਗਾ, ਬਟ ਯੂ ਨੋ ਇਟਸ ਬੀਨ ਫੈਬੂਲਸ। ਦਾ ਟ੍ਰੇਲਰ ਹੈਜ਼ ਬੀਨ ਟ੍ਰੈਂਡਿੰਗ ਯੂ ਨੋ ਵੈਰੀ ਵੈਲ। ਸਾਇੰਸ ਕਹਿੰਦੀ ਹੈ ਇੱਕ ਦਿਨ ਦੇ ਵਿੱਚ ਇੱਕ ਬੰਦੇ ਦੀ 30,000 ਸ਼ਬਦ ਸੁਣਨ ਦੀ ਕੈਪੈਸਿਟੀ ਹੁੰਦੀ ਹੈ। ਤੇਰੀ ਮਾਂ 3,00,000 ਸ਼ਬਦ ਸਵੇਰੇ 10:30 ਤੋਂ ਪਹਿਲਾਂ ਸੁਣਾਉਂਦੀ ਹੈ ਜੀ। ਸੋ ਆਈ ਵਿਲ ਆਸਕ ਯੂ ਕਿ ਇਸ ਫਿਲਮ ਦੇ ਵਿੱਚ ਸਾਨੂੰ ਨਜ਼ਰ ਆਣਗੇ ਬਿਨੂ ਢਿੱਲੋਂ ਐਂਡ ਕੁਲਰਾਜ ਰੰਧਾਵਾ, ਜੋ ਕਿ ਬਹੁਤ ਹੀ ਫਰੈਸ਼ ਜੋੜੀ ਸਾਨੂੰ ਔਨ ਸਕਰੀਨ ਦੇਖਣ ਨੂੰ ਮਿਲੇਗੀ। ਸੋ ਤੁਸੀਂ ਕਿਵੇਂ ਸੋਚਿਆ ਕਿ ਇਹ ਜੋੜੀ ਨਾਲ ਆਪਾਂ ਐਕਸਪੈਰੀਮੈਂਟ ਕਰ ਸਕਦੇ ਹਾਂ ਇਦਾਂ ਦੀ ਫਿਲਮ ਦੇ ਨਾਲ? ਨਹੀਂ, ਐਕਸਪੈਰੀਮੈਂਟ ਜੋੜੀ ਤੋਂ ਮਤਲਬ ਅੱਛੀ ਦੋਨੋਂ ਲੱਗਤੀ ਹੈ ਜੀ। ਤੋ ਕੰਟੈਂਟ ਵੀ ਕੁਝ ਇਸੀ ਤਰੀਕੇ ਸੇ ਥਾ ਜੀ। ਉਸ ਵਜ੍ਹਾ ਸੇ ਫਿਰ ਹਮਨੇ ਕਹਾ ਕਿ ਉਹਨੇ ਕੁਲਰਾਜ ਜੀ ਸੇ ਬਾਤ ਕਰੇ ਜੀ। ਉਹਨੇ ਵੀ ਕਹਾ ਠੀਕ ਹੈ ਕਰਤੇ ਹੈ। ਮੈਂ ਵੋਟੀ ਬਨਨੇ ਕੇ ਲਈ ਤਿਆਰ ਥੀ। ਸੋ ਦੈਨ ਅਸੀਂ ਸੋਚਿਆ ਕਿ ਨਹੀਂ, ਇਹ ਜ਼ਰੂਰ ਕਰਨੀ ਚਾਹੀਦੀ ਹੈ ਫਿਲਮ। ਐਂਡ ਸਮੀਪ ਜੀ ਨੇ ਜਦੋਂ ਇਹ ਕੋਨਸੈਪਟ ਵੀ ਸੁਣਾਇਆ ਸੀਗਾ, ਆਈ ਥਿੰਕ ਇਟ ਵਾਸ ਬਹੁਤ ਫਨੀ ਕੋਨਸੈਪਟ ਸੀਗਾ ਐਂਡ ਯੂ ਨੋ ਐਨ ਇਮੋਸ਼ਨਲ ਸਾਈਡ ਆਲਸੋ ਆਫ ਇਟ। ਸੋ ਦੈਨ ਆਈ ਸੈਡ ਕਿ ਜਾ ਵੇਲਰ ਤੂੰ ਉਹ ਜਾ ਤੇਰਾ ਲਖਾਰੀ ਯਾਰ ਸ਼ਵਿੰਦਰ, ਤੈਨੂੰ ਪਤਾ ਕਿੰਨੀ ਇੱਜ਼ਤ ਕਰਦਾ ਮੇਰੀ ਉਹ ਗੋਲਡੀ ਸਾਲਿਆ ਕੁੱਤਿਆ ਕਮੀਨਿਆ, ਕੀ ਕਰਦਾ ਤੇਰੇ ਕੰਨ ਤੇ ਥੱਪੜ ਮਾਰਾਂ ਮੈਂ। ਸੋ ਨੌਕਰ ਵੋਟੀ ਦੇ ਨਾਲ ਤੁਸੀਂ ਆਫ ਕੋਰਸ ਪੰਜਾਬੀ ਸਿਨੇਮਾ ਵਿੱਚ ਆ ਰਹੇ ਹੋ, ਇਵਨ ਟ੍ਰੇਲਰ ਦੇ ਜੇ ਆਪਾਂ ਕਮੈਂਟਸ ਵੀ ਪੜ੍ਹੀਏ, ਇਵਨ ਸਾਰੇ ਕਾਫੀ ਐਕਸਾਈਟਡ ਨੇ ਕਿ ਕੁਲਰਾਜ ਰੰਧਾਵਾ ਨੂੰ ਅਸੀਂ ਫਿਰ ਤੋਂ ਔਨ ਸਕਰੀਨ ਦੇਖ ਪਾਵਾਂਗੇ। ਸੋ ਵੈਲ, ਫੈਨਸ ਦੇ ਕੀ ਰਿਐਕਸ਼ਨ ਨੇ ਆਫਟਰ ਤੁਹਾਨੂੰ ਫਿਰ ਤੋਂ ਟ੍ਰੇਲਰ ਦੇਖਣ ਤੋਂ ਬਾਅਦ? ਫੈਨਸ ਤਾਂ ਬਹੁਤ ਹੀ ਜੀ ਵਧੀਆ। ਇਨਫੈਕਟ ਮੈਂ ਸਾਰਿਆਂ ਨੂੰ ਥੈਂਕ ਯੂ ਕਰਨਾ ਚਾਹਾਂਗੀ ਤੁਹਾਡੇ ਮੀਡੀਅਮ ਦੇ ਥਰੂ, ਦੈਟ ਜਿਹੜੇ ਫੈਨਸ ਨੇ ਹਮੇਸ਼ਾ ਕੰਸਿਸਟੈਂਟ ਰਹੇ ਹੈ ਯੂ ਨੋ। ਸੋ ਮੈਂ ਰੀਅਲਾਈਜ਼ ਕੀਤਾ ਹੈ ਕਿ ਅਸੀਂ ਕਈ ਵਾਰੀ ਇਹ ਬੈਕ ਸਟੈਪ ਲੈ ਲੈਂਦੇ ਹਾਂ, ਕਦੀ ਆਪਣੇ ਬਾਕੀ ਕੰਮਾਂ 'ਚ ਬਿਜ਼ੀ ਹੋ ਜਾਂਦੇ ਹਾਂ ਯੂ ਨੋ, ਸੇਮ ਕਿ ਚਲੋ ਫਿਲਮ ਕੀਤੀ ਹੈ ਹੁਣ ਉਹ ਤੋਂ ਬਾਅਦ ਯੂ ਨੋ ਟੂ ਡਿਸਾਈਡ ਵਾਟ ਐਲਸ ਟੂ ਡੂ, ਬਟ ਫੈਨਸ ਕੰਸਿਸਟੈਂਟਲੀ ਰਹੇ ਹੈ। ਹੁਣ ਵੀ ਜਦੋਂ ਹੁਣ ਅਨਾਊਂਸ ਮੈਂ ਆਹ ਫਿਲਮ ਕੀਤੀ ਹੈ, ਦੇ ਆਰ ਵੈਰੀ ਵੈਰੀ ਐਕਸਾਈਟਡ ਯੂ ਨੋ, ਐਂਡ ਬਹੁਤ ਮੇਰਾ ਸ਼ੁਕਰਾਨਾ ਹੈ ਉਹਨਾਂ ਦੇ ਵੱਲੋਂ ਕਿ ਬਹੁਤ ਹਮੇਸ਼ਾ ਸਪੋਰਟ ਕੀਤਾ। ਮੈਨੂੰ ਤਾਂ ਲੱਗਦਾ ਬੱਚਾ ਜੰਮ ਕੇ ਗਲਤੀ ਕਰ ਲਈ। ਨਾ ਮੈਂ ਕਿਹਾ ਸੀ ਇਹ ਗਲਤੀ ਕਰਨ ਨੂੰ, ਜੇ ਅਫੋਰਡ ਨਹੀਂ ਕਰ ਸਕਦਾ ਸੀ ਤੇ ਇਹਨੂੰ ਜੰਮਿਆ ਕਿਉਂ? ਨਾ ਮੈਂ ਕਿਹਾ ਸੀ ਇਹਨੂੰ ਜੰਮਣ ਨੂੰ, ਮੈਨੂੰ ਵੀ ਕੋਈ ਸ਼ੌਕ ਨਹੀਂ ਸੀ। ਸੋ ਤੁਸੀਂ ਸਟਾਰ ਕਾਸਟ ਦਾ ਕਿਵੇਂ ਡਿਸਾਈਡ ਕੀਤਾ? ਆਫ ਕੋਰਸ ਬਿਨੂ ਢਿੱਲੋਂ ਐਂਡ ਕੁਲਰਾਜ ਰੰਧਾਵਾ ਦੀ ਤਾਂ ਗੱਲ ਹੋ ਗਈ। ਮੈਂ ਤਾਂ ਪਹਿਲਾਂ ਸੀਗੀ ਸੀਗੀ ਕਿ ਹਾਂਜੀ ਵਾਟ ਇਜ਼ ਦਾ ਇਹਨਾਂ ਨੂੰ ਟਾਈਟਲ ਦੇ ਦੋ, ਬਾਕੀ ਬਾਕੀ ਬਾਅਦ ਚ ਬਾਕੀ ਬਾਅਦ ਚ। ਸੋ ਲਾਈਕ ਗੱਲ ਹੁੰਦੀ ਹੈ ਜਸਵਿੰਦਰ ਭੱਲਾ, ਉਪਾਸਨਾ ਸਿੰਘ, ਦੈਨ ਗੁਰਪ੍ਰੀਤ ਕੁੱਗੀ, ਕੈਰੈਕਟਰਸ ਦੇਖੇ ਕਿ ਜਿਸ ਕੇ ਉੱਪਰ ਫਿਟ ਬੈਠਦਾ ਹੈ ਕੈਰੈਕਟਰ ਉਸ ਹਿਸਾਬ ਸੇ ਹਮਨੇ ਕਾਸਟਿੰਗ ਕਰੀ। ਜਿਵੇਂ ਗੁੱਗੀ ਭਾਜੀ ਕਾ ਵੋ ਹੈ ਕੈਰੈਕਟਰ ਕੀ ਹੈ, ਉਨਕੇ ਲਾਈਕ ਫ੍ਰੈਂਡਸ ਕਾ, ਉਸ ਟਾਈਪ ਕਾ ਭੱਲਾ ਜੀ ਕਾ ਅਲੱਗ ਦਿਖਾਇਆ, ਫਿਰ ਉਪਾਸਨਾ ਜੀ ਹੈ ਇਸਮੇ ਜੀ, ਤੋ ਉਸ ਟਾਈਪ ਕਾ ਮਤਲਬ ਜਿਸ ਹਿਸਾਬ ਸੇ ਕੈਰੈਕਟਰ ਤੇ ਉਸ ਹਿਸਾਬ ਸੇ ਕਾਸਟਿੰਗ ਕਰੀ ਹੈ। ਜੀ ਜੀ, ਮੇਰੀ ਸ਼ਵਿੰਦਰ ਨਾਲ ਲੜਾਈ ਹੋ ਗਈ ਹੈ, ਮੈਂ ਘਰ ਛੱਡ ਕੇ ਆ ਗਈ ਹਾਂ। ਪਰ ਪਿਆਰ ਕਦੇ ਨੀਤੂ, ਮੈਂ ਤੇਰੇ ਅੱਗੇ ਹੱਥ ਬੰਨਦਾ, ਮੰਨਦਾ ਵੀ। ਇਸ ਫਿਲਮ ਦੇ ਵਿੱਚ ਕੀ ਕੁਝ ਖਾਸ ਹੈ ਜੋ ਅੱਜ ਤੱਕ ਪੰਜਾਬੀ ਸਿਨੇਮਾ ਦੇ ਫੈਨਸ ਨੇ ਅੱਜ ਤੱਕ ਨਹੀਂ ਵੇਖਿਆ ਕਿਸੇ ਵੀ ਫਿਲਮ ਦੇ ਵਿੱਚ? ਸੋ ਬੇਸਿਕਲੀ ਪਹਿਲਾਂ ਜਿੱਦਾਂ ਅਸੀਂ ਸੇਮ ਐਕਟਰਸ ਨੂੰ ਲੈ ਕੇ, ਗੁੱਗੀ ਜੀ ਨੂੰ ਲੈ ਕੇ, ਭੱਲਾ ਜੀ ਨੂੰ ਲੈ ਕੇ, ਉਪਾਸਨਾ ਜੀ, ਬਿਨੂ ਜੀ, ਸਾਰਿਆਂ ਨੂੰ ਲੈ ਕੇ, ਯੂਜੁਅਲੀ ਸਮੀਪ ਜੀ ਪਹਿਲਾਂ ਫੁੱਲ ਔਨ ਕਾਮੇਡੀ ਬਣਾਉਂਦੇ ਸੀ, ਇਹਦੇ 'ਚ ਹੁਣ ਅਸੀਂ ਬੈਲੈਂਸ ਕੀਤਾ, ਥੋੜ੍ਹਾ ਜਿਹਾ ਇਮੋਸ਼ਨਲ ਵੀ ਸਾਈਡ ਪਾਈ ਹੈ, ਬਟ ਨੋਟ ਟੂ ਮੇਕ ਇਟ ਐਨੀਥਿੰਗ ਬੋਰਿੰਗ ਔਰ ਐਨੀਥਿੰਗ ਲਾਈਕ ਦੈਟ, ਬਟ ਇਟਸ ਬਹੁਤ ਹੀ ਵਧੀਆ ਇਹਦਾ ਰਿਜ਼ਲਟ ਨਿਕਲਿਆ ਹੈਗਾ। ਇੱਕ ਮੌਕਾ ਸੱਜਣਾ ਨੂੰ ਦੇ ਦੇਣਾ, ਪਾਪਾ ਤੁਸੀਂ ਮੈਨੂੰ ਭੁੱਲ ਤਾਂ ਨਹੀਂ ਜਾਓਗੇ? ਚਾਈਲਡ ਆਰਟਿਸਟ ਆਫ ਕੋਰਸ ਉਹ ਰੋਲ ਕਰ ਰਿਹਾ ਹੈਗਾ ਮੰਨਤ ਦਾ, ਮੰਨਤ ਨਾਮ ਹੈ ਉਹਨਾਂ ਦਾ, ਮੰਨਤ ਉਹਨਾਂ ਦਾ ਨਾਮ ਹੈ ਜੀ ਕੈਰੈਕਟਰ ਦਾ ਜੀ ਜੀ। ਸੋ ਇਵਨ ਉਹਨਾਂ ਦੀ ਐਕਟਿੰਗ ਅਸੀਂ ਟ੍ਰੇਲਰ ਵਿੱਚ ਵੇਖੀਏ, ਕਿਵੇਂ ਉਹ ਆਪਣੇ ਮਾਪੇ ਨੂੰ ਬਿਠਾ ਕੇ ਕਹਿ ਰਹੀ ਹੈ ਕਿ ਤੁਸੀਂ ਆਪਣੇ ਜੋ ਵੀ ਪ੍ਰੋਬਲਮਸ ਹੈ ਉਹਨਾਂ ਨੂੰ ਰਿਜ਼ੋਲਵ ਕਰੋ, ਰਾਈਟ? ਉਹਨਾਂ ਨੂੰ ਕੈਰੈਕਟਰ ਵਿੱਚ ਢਾਲਣਾ, ਇੱਕ ਚਾਈਲਡ ਆਰਟਿਸਟ ਨੂੰ ਇੱਕਦਮ ਇਦਾਂ ਦਾ ਰੋਲ ਦੇਣਾ ਕਿ ਉਹ ਆਡੀਅੰਸ ਨੂੰ ਸੈਟੀਸਫਾਈਡ ਕਰ ਸਕੇ, ਉਹ ਕਿੰਨਾ ਕੁ ਮੁਸ਼ਕਿਲ ਰਿਹਾ ਤੁਹਾਡੇ ਲਈ? ਐਕਚੁਅਲੀ ਉਹ ਪਹਿਲੇ ਸੇ ਹੀ ਐਕਸਪੀਰੀਅੰਸ ਹੈ ਬੱਚੀ, ਔਰ ਉਸਨੇ ਬਹੁਤ ਅੱਛੀ ਤਰੀਕੇ ਸੇ ਆਪਣੀ ਐਕਟਿੰਗ ਔਰ ਉਸਕੋ ਅੱਛੀ ਤਰੀਕੇ ਸੇ ਕੈਰੈਕਟਰ ਕਰਾ। ਮੈਨੂੰ ਤਾਂ ਲੱਗਦਾ ਬੱਚਾ ਜੰਮ ਕੇ ਗਲਤੀ ਕਰ ਲਈ। ਨਾ ਮੈਂ ਕਿਹਾ ਸੀ ਇਹ ਗਲਤੀ ਕਰਨ ਨੂੰ, ਜੇ ਅਫੋਰਡ ਨਹੀਂ ਕਰ ਸਕਦਾ ਸੀ ਤੇ ਇਹਨੂੰ ਜੰਮਿਆ ਕਿਉਂ? ਨਾ ਮੈਂ ਕਿਹਾ ਸੀ ਇਹਨੂੰ ਜੰਮਣ ਨੂੰ, ਮੈਨੂੰ ਵੀ ਕੋਈ ਸ਼ੌਕ ਨਹੀਂ ਸੀ ਇਹਨੂੰ ਜੰਮਣ ਦਾ। ਤੁਹਾਡੇ ਲੀਡ ਐਕਟਰਸ ਬਹੁਤ ਹੀ ਜ਼ਿਆਦਾ ਟੈਲੈਂਟਡ ਨੇ, ਈਵਨ ਆਡੀਅੰਸ ਨੂੰ ਵੀ ਉਹਨਾਂ ਨਾਲ ਬਹੁਤ ਜ਼ਿਆਦਾ ਉਮੀਦਾਂ ਨੇ, ਸੋ ਕਿੰਨੀ ਕੁ ਰਿਸਪੋਂਸਿਬਿਲਿਟੀ ਤੁਹਾਡੇ ਉੱਤੇ ਆ ਗਈ ਕਿ ਇਹਨਾਂ ਦੇ ਨਾਲ ਤਾਂ ਫਿਲਮ ਬਹੁਤ ਹੀ ਜ਼ਿਆਦਾ ਘੈਂਟ ਬਣਨੀ ਚਾਹੀਦੀ ਹੈ? ਆਰਟਿਸਟ ਅੱਛੇ ਹੈ, ਡਾਇਰੈਕਟਰ ਅੱਛਾ ਹੈ, ਰਾਈਟਰ ਅੱਛਾ ਹੈ, ਪ੍ਰੋਡਿਊਸਰ ਵੀ ਅੱਛਾ ਹੈ, ਫਿਲਮ ਤਾਂ ਅੱਛੀ ਬਣੇਗੀ। ਜੀ ਜੀ ਜੀ, ਸੋ ਹੁਣ ਫਿਲਮ ਰਿਲੀਜ਼ ਹੋ ਰਹੀ ਹੈ 23 ਅਗਸਤ ਨੂੰ, ਤੁਸੀਂ ਕੀ ਚਾਹੁੰਦੇ ਹੋ ਕਿ ਫੈਨਸ ਇਸ ਫਿਲਮ ਤੋਂ ਕੀ ਕੁਝ ਸਿੱਖਣ ਤੇ ਉਹਨੂੰ ਆਪਣੀ ਜ਼ਿੰਦਗੀ ਵਿੱਚ ਵੀ ਅਪਣਾ ਸਕਦੇ ਹੈ? ਨਹੀਂ ਅਪਣਾ ਸਕਦੇ ਹੈ ਕਿ ਹਾਂ ਐਕਚੁਅਲੀ ਆਡੀਅੰਸ ਕੋ ਇਹੀ ਰਹੇਗਾ ਕਿ
कि फैमिली मतलब जो आजकल की स्टोरी है ना, मतलब कि लोगों के साथ जो होता है, मतलब नौकर वोटी था, तो उससे मिलेगा कि यहाँ हस्बैंड को भी वो चीजें करनी चाहिए और वाइफ को भी वो चीज करनी चाहिए जी. एंड आई थिंक ओवरऑल कितना कितने ऐसी मैसेज हर एक दी घर च मियाँ बीवी दे नोक झोक थोड़ी बहुत होंगी रहती है, पर उस दौरान बच्चों पर की असर पैंदा हैगा, तो वो थोड़ा जिहा असी टच किया इस स्टोरी विच, बट ओवरऑल कीपिंग द कॉमेडी ऑन बहुत ही ਵਧੀਆ ਰਿਹਾ ਜੀ. ਤੇ ਹੇਅਰ ਬਹੁਤ ਸੂਟ ਕਰਦੇ ਆ ਤੁਹਾਨੂੰ. ਬਸ ਜੀ ਕਾਲੀ ਕਾਲੀ ਜੋ ਮਿਲੇ ਲਾ ਲਿਆ ਜੀ. ਮਤਲਬ ਕਾਮੇਡੀ ਜੀ ਮੈਂ ਸ਼ੁਰੂਆਤ ਆਪਣੀ ਕਰੀਅਰ ਕਾਮੇਡੀ ਦੇ ਨਾਲ ਕੀਤੀ ਸੀਗੀ ਕਰੀਨਾ ਕਰੀਨਾ ਬਟ ਆਫਕੋਰਸ ਬਿੰਨੂ ਜੀ ਨਾਲ ਮੈਂ ਕੰਮ ਕੀਤਾ ਸੀਗਾ ਤੇਰਾ ਮੇਰਾ ਕੀ ਰਿਸ਼ਤਾ ਜਿੱਥੇ ਉਹ ਵਿਲਨ ਸੀਗੇ ਫਿਲਮ 'ਚ ਸੋ ਬਟ ਦਿਸ ਟਾਈਮ ਯੂ ਨੋ ਆਈ ਹੈਡ ਦੀ
ਸਿੰਘ ਲੈਜੈਂਡਸ ਦੇ ਕਹਿ ਸਕਦੇ ਆ ਪੰਜਾਬੀ ਇੰਡਸਟਰੀ ਦੇ। ਐਬਸੋਲੂਟਲੀ ਜੀ, ਉਹ ਪੱਲਾ ਜੀ ਦੇ ਨਾਲ ਮੇਰਾ ਫਸਟ ਐਕਸਪੀਰੀਅੰਸ ਨਾਲ ਫਸਟ ਫਿਲਮ ਸੀਗੀ ਮੇਰੀ, ਉਪਾਸਨਾ ਜੀ ਦੇ ਨਾਲ ਵੀ, ਕੁੱਗੀ ਜੀ ਆਫ ਕੋਰਸ ਆਈ ਹੈਵ ਵਰਕਡ ਵਿਦ ਹਿਮ ਅ ਕਪਲ ਆਫ ਫਿਲਮਸ, ਬਟ ਬਹੁਤ ਵਧੀਆ ਲੱਗਿਆ। ਬਿਲਕੁਲ ਇੱਕ ਫੈਮਿਲੀ ਤਰੀਕੇ ਨਾਲ ਅਸੀਂ ਸ਼ੂਟ ਕੀਤੀ ਸੀਗੀ, ਯੂ ਨੋ ਸੈੱਟ 'ਤੇ ਐਸਾ ਮਾਹੌਲ ਹੁੰਦਾ ਸੀਗਾ, ਇੰਨਾ ਹਾਸਾ ਮਜ਼ਾਕ, ਆਈ ਥਿੰਕ ਬਹੁਤ ਵਧੀਆ ਸੀਗਾ ਸਾਡਾ ਇਨਵਾਇਰਮੈਂਟ। ਤੁਸੀਂ ਸਕਰੀਨ 'ਤੇ ਵੀ ਦੇਖੋਗੇ ਕਿ ਉਹਦਾ ਰਿਜ਼ਲਟ ਬਹੁਤ ਵਧੀਆ ਨਿਕਲਿਆ। ਵੈਲ, ਜਿਸ ਨੇ ਪੰਜਾਬੀ ਸਿਨੇਮਾ ਵਿੱਚ ਸ਼ੁਰੂਆਤ ਕੀਤੀ ਸੀ 2006 ਦੇ ਵਿੱਚ ਐਂਡ ਹੁਣ ਹੈ 2019 ਤੇ ਅੱਜ ਵੀ ਉਹਨਾਂ ਦਾ ਜਿਹੜਾ ਪੋਪੂਲੈਰਿਟੀ ਹੈ ਅੱਜ ਵੀ ਫੈਂਸ ਦੇ ਵਿੱਚ ਉਹਨੀ ਹੈ। ਸੋ ਗੱਲ ਕਰਦੇ ਹਾਂ ਵੀ ਕੁਲਰਾਜ ਰੰਧਾਵਾ ਦੇ ਨਾਲ। ਸੋ ਆਪਾਂ ਬ੍ਰੇਕ ਤੋਂ ਪਹਿਲਾਂ ਤਾਂ ਗੱਲ ਕਰ ਲਈ ਨੌਕਰ ਵੋਟੀ ਦਾ। ਆਫਕੋਰਸ ਤੁਹਾਡੇ ਫੈਨਸ ਨੇ ਬਹੁਤ ਜ਼ਿਆਦਾ ਵੇਟ ਕੀਤਾ ਤੁਹਾਡਾ ਆਫਟਰ ਨਿਧੀ ਸਿੰਘ। ਸੋ ਪਹਿਲਾਂ ਤਾਂ ਆਪਾਂ ਇਹ ਜਾਣਨਾ ਚਾਹਾਂਗੇ ਕਿ ਇੰਨਾ ਵੱਡਾ ਗੈਪ ਰਹੀ ਇਟ ਲਾਈਕ 3 ਸਾਲ ਦਾ ਗੈਪ ਕਿਉਂ? ਮੈਂ ਪਹਿਲਾਂ ਵੀ ਜਿੱਦਾਂ ਦੱਸਿਆ ਸੀਗਾ ਕਿ ਮੈਂ ਕੈਨੇਡਾ ਮੂਵ ਕੀਤੀ ਸੀ, ਸੋ ਉਸ ਦੌਰਾਨ ਮੈਂ ਨਹੀਂ ਆ ਸਕਦੀ ਸੀਗੀ ਇੰਡੀਆ, ਬਿਕੋਜ਼ ਉਹਨਾਂ ਦਾ ਥੋੜ੍ਹਾ ਜਿਹਾ ਇੱਕ ਟਾਈਮ ਪੀਰੀਅਡ ਹੁੰਦਾ ਜਿਹੜਾ ਉੱਥੇ ਰਹਿ ਕੇ ਕਰਨਾ ਪੈਂਦਾ। ਕਾਫੀ ਫਿਲਮਾਂ ਉਦੋਂ ਵੀ ਆਈਆਂ ਮੈਨੂੰ, ਸੋ ਆਈ ਸੈਡ ਨੋ, ਅਨਫੋਰਚੁਨੇਟਲੀ ਮੈਂ ਨਹੀਂ ਆ ਸਕਦੀ ਸੀ ਉਦੋਂ। ਸੋ ਆਈ ਸੈਡ ਯੂ ਨੋ, ਮੇਰੇ ਫੈਨ ਸਾਰੇ ਮੈਨੂੰ ਕਹਿੰਦੇ ਸੀਗੇ ਕਿ ਯੂ ਨੋ ਛੇਤੀ ਆਓ ਛੇਤੀ ਆਓ। ਸੋ ਜਦੋਂ ਮੈਨੂੰ ਓਪਰਚੁਨਿਟੀ ਹੁਣ ਮਿਲੀ ਉਹ ਤੋਂ ਬਾਅਦ, ਯੂ ਨੋ ਜਦੋਂ ਮੇਰਾ ਇੰਬਾਰਗੋ ਖਤਮ ਹੋਇਆ ਉਹ ਤੋਂ ਬਾਅਦ ਮੈਂ ਕਿਹਾ ਨਹੀਂ ਨਹੀਂ ਹੁਣ ਮੈਂ ਫਿਲਮਾਂ ਕਰਨੀਆਂ ਨੇ, ਤਾਂ ਕਰਕੇ ਜੀ ਉਹ ਬ੍ਰੇਕ ਲੈ ਲਿਆ। ਜੀ ਜੀ, ਇੱਕ ਨਾ ਕਿਤੇ ਨਾ ਕਿਤੇ ਡਰ ਹੁੰਦਾ ਵੈਨੇਵਰ ਆਪਾਂ ਕਿਸੇ ਕੰਮ ਨੂੰ ਕਰਦੇ ਹਾਂ। ਤੁਸੀਂ 3 ਸਾਲ ਦਾ ਗੈਪ ਲਿੱਤਾ, ਬਟ ਤੁਸੀਂ ਲੱਗਿਓ ਕਿ ਹਜੇ ਵੀ ਲੋਕ ਤੁਹਾਨੂੰ ਉਨਾ ਹੀ ਪਿਆਰ ਕਰਦੇ ਨੇ, ਬਟ ਤੁਹਾਡੇ ਵਿੱਚ ਕਦੇ ਇੱਦਾਂ ਦਾ ਡਰ ਰਿਹਾ ਕਿ ਕਿਤੇ ਨਾ ਕਿਤੇ ਲੋਕ ਮੈਨੂੰ ਇੱਦਾਂ ਜੋ ਫੈਨਸ ਨੇ ਉਹ ਕਿਤੇ ਪਿੱਛੇ ਨਾ ਛੁੱਟ ਜਾਣ? ਨਹੀਂ ਜੀ, ਆਈ ਥਿੰਕ ਮੈਂ ਦੇਖਿਆ ਕਿ ਬਹੁਤ ਇੱਕ ਅੱਛੀ ਗੱਲ ਹੈਗੀ ਹੈ ਕਿ ਜਿਹੜੇ ਫੈਨਸ ਤੁਹਾਨੂੰ ਲਾਈਕ ਕਰਦੇ ਤੁਹਾਡਾ ਕੰਮ, ਉਹ ਕਿੰਨੇ ਵੀ ਸਾਲਾਂ ਬਾਅਦ ਤੁਸੀਂ ਜੇ ਕੰਮ ਕਰੋ, ਉਹਨਾਂ ਦੀ ਇੱਕ ਸਰਟਨ ਲੋਇਲਟੀ ਜਿਹੜੀ ਹੈਗੀ ਹੈ ਉਹ ਚੇਂਜ ਨਹੀਂ ਹੁੰਦੀ, ਵਿਚ ਇਜ਼ ਵੈਰੀ ਨਾਈਸ। ਐਂਡ ਐਸਾ ਮੈਨੂੰ ਕਦੇ ਕੋਈ ਡਰ ਨਹੀਂ ਰਿਹਾ ਸੀਗਾ, ਜਾਂ ਬਿਕੋਜ਼ ਮੈਂ ਆਪਣੀ ਤਰਫੋਂ ਹਮੇਸ਼ਾ ਬੈਸਟ ਫੁੱਟ ਫੋਰਵਰਡ ਰੱਖਿਆ, ਮੈਂ ਹਮੇਸ਼ਾ ਆਪਣਾ ਕੰਮ ਸਿੰਸੀਅਰਲੀ ਕੀਤਾ ਹੈ, ਜਿਹੜੀ ਵੀ ਮਤਲਬ ਬੈਸਟ ਐਫਰਟ ਕੀਤੀ ਕਿ ਹਮੇਸ਼ਾ ਪਰਫੋਰਮੈਂਸਿਸ 'ਚ ਕੋਈ ਕਮੀ ਨਾ ਰਹਿ ਜਾਵੇ। ਆਈ ਥਿੰਕ ਉਹ ਕਿਤੇ ਨਾ ਕਿਤੇ ਕਾਊਂਟ ਹੁੰਦੀ ਹੈ ਜਦੋਂ ਤੁਸੀਂ ਸਕਰੀਨ 'ਤੇ ਫਿਲਮ ਦੇਖੋ, ਕੋਈ ਕੈਰੈਕਟਰ ਵੇਖੋ, ਤੁਹਾਨੂੰ ਲੱਗਦਾ ਨਹੀਂ ਨਹੀਂ ਮਤਲਬ ਜੈਨੂਇਨਲੀ ਯੂ ਨੋ ਯੂ ਕਾਈਂਡ ਆਫ ਡਨ ਯੋਰ ਹੋਮਵਰਕ, ਅਤੇ ਉਸ ਕਰਕੇ ਆਈ ਥਿੰਕ ਫੈਨਸ ਵੀ ਬੜੇ ਵਧੀਆ ਹਮੇਸ਼ਾ ਕੰਸਿਸਟੈਂਟ ਰਹੇ ਨੇ ਮੇਰੇ ਨਾਲ, ਜਦੋਂ ਈਵਨ ਜਿਹੜਾ ਟਾਈਮ ਪੀਰੀਅਡ ਮੇਰਾ ਵਿੱਚ ਸੀਗਾ ਜਦੋਂ ਨਹੀਂ ਵੀ ਮੈਂ ਫਿਲਮਾਂ ਕਰ ਰਹੀ ਸੀ, ਉਦੋਂ ਵੀ ਉਹ ਕੰਸਿਸਟੈਂਟ ਰਹੇ ਮੇਰੇ ਫੈਨਸ, ਅਤੇ ਉਹਦੇ ਕਰਕੇ ਇੱਕ ਇਨਕਰੇਜਮੈਂਟ ਹੁੰਦੀ ਹੈ, ਇੱਕ ਸਰਟਨ ਓਬਲੀਗੇਸ਼ਨ ਹੁੰਦੀ ਹੈ ਉਹਨਾਂ ਵੱਲ ਵੀ ਕਿ ਨਹੀਂ ਉਹਨਾਂ ਲਈ ਵੀ ਇਹ ਕੰਮ ਕਰਨਾ ਜ਼ਰੂਰੀ ਹੈ। ਜੀ ਜੀ ਜੀ, ਪਰਮੇਸ਼ਵਰ ਨਹੀਂ ਪੂਰਾ ਕੰਜਰ ਹੈ ਕੰਜਰ। ਤੁਸੀਂ ਮੇਰੇ ਮੂੰਹ ਤੇ ਗੱਲ ਕਰ ਰਹੇ ਹੋ? ਪੰਜਾਬੀ ਦੇ ਇੱਕ ਮਸ਼ਹੂਰ ਗਾਇਕ ਨੇ ਕਿਹਾ ਬਸ। ਫੋਰ ਨੌਕਰ ਵੋਟੀ ਦਾ, ਜਦੋਂ ਹੁਣ ਨੌਕਰ ਵੋਟੀ ਦਾ ਵਿੱਚ ਤੁਸੀਂ ਪਹਿਲਾ ਸ਼ਾਟ ਦਿੱਤਾ ਹੁਣੇ, ਯਾਨੀ ਕਿ ਬਹੁਤ ਹੀ ਚਿਰ ਬਾਅਦ ਤੁਸੀਂ ਕੈਮਰਾ ਫੇਸ ਕੀਤਾ, ਸੋ ਉਹ ਐਕਸਪੀਰੀਅੰਸ ਕਿਹੋ ਜਿਹਾ ਸੀਗਾ? ਵੈਲ, ਉਹ ਕਹਿੰਦੇ ਇੱਕ ਵਾਰ ਐਕਟਰ ਹੈ ਅਤੇ ਹਮੇਸ਼ਾ ਹੀ ਐਕਟਰ ਹੈ, ਉਹ ਐਸੀ ਚੀਜ਼ ਜਿੱਦਾਂ ਆਪਾਂ ਸਾਈਕਲ ਇੱਕ ਵਾਰ ਸਿੱਖ ਲੈਂਦੇ ਹਾਂ ਤਾਂ ਅਸੀਂ ਕਦੇ ਭੁੱਲ ਨਹੀਂ ਸਕਦੇ ਹੈਗੇ। ਸੋ ਆਈ ਥਿੰਕ ਇਟਸ ਵੈਰੀ ਐਕਸਾਈਟਿੰਗ। ਜਦੋਂ ਮੈਂ ਤੁਹਾਨੂੰ ਤੁਹਾਡਾ ਜਿਹੜਾ ਸਵਾਲ ਸੀਗਾ ਕਿ ਜਦੋਂ ਫਸਟ ਟਾਈਮ ਫੇਸ ਕੀਤਾ ਆਫਟਰ ਲੌਂਗ ਐਪ, ਬਹੁਤ ਵਧੀਆ ਲੱਗਿਆ, ਬਿਕੋਜ਼ ਇੱਕ ਇਹੋ ਜਿਹੀ ਐਕਸਾਈਟਮੈਂਟ ਹੁੰਦੀ ਹੈ ਜਦੋਂ ਤੁਸੀਂ ਕੈਮਰੇ ਦੇ ਸਾਹਮਣੇ ਆਉਂਦੇ ਹੋ ਕਿ ਉਹ ਤੁਸੀਂ ਬਿਆਨ ਨਹੀਂ ਕਰ ਸਕਦੇ ਹੋ ਐਕਸਾਈਟਮੈਂਟ। ਸੋ ਇਟ ਵਾਸ ਵੈਰੀ ਵੈਰੀ ਨਾਈਸ ਐਂਡ ਬਹੁਤ ਵਧੀਆ ਲੱਗਿਆ। ਐਂਡ ਹੁਣ ਜਦੋਂ ਪ੍ਰੋਡਕਟ ਦੇਖ ਰਹੇ ਹਾਂ, ਉਹ ਲੋਕਾਂ ਦੇ ਰਿਐਕਸ਼ਨਸ ਵੀ ਦੇਖ ਰਹੇ ਹਾਂ, ਬੜੇ ਐਕਸਾਈਟਡ ਨੇ। ਜੀ, ਬੋਲੀ ਵੀਰੇ, ਮੇਰੀ ਖਾਤਰ ਨਾ
ਮੇਰੇ ਸਹੁਰਿਆਂ ਦੇ ਘਰੇ ਥੋੜੇ 2006 ਐਂਡ 2008 ਮੰਨਤ ਤੇ ਤੇਰਾ ਮੇਰਾ ਕੀ ਰਿਸ਼ਤਾ, ਉਹਦੇ ਵਿੱਚ ਜਿੰਮੀ ਸ਼ੇਰਗਿੱਲ ਦੇ ਨਾਲ ਤੁਹਾਡੀ ਜਿਹੜੀ ਜੋੜੀ ਸੀ ਬਹੁਤ ਜ਼ਿਆਦਾ ਪਸੰਦ ਕੀਤੀ ਗਈ, ਈਵਨ ਤੁਹਾਨੂੰ ਰੋਮਾਂਟਿਕ ਰੋਲ ਦੇ ਵਿੱਚ ਬਹੁਤ ਹੀ ਜ਼ਿਆਦਾ ਪਿਆਰ ਮਿਲਿਆ। ਸੋ ਰੋਮਾਂਟਿਕ ਲਵ ਸਟੋਰੀ ਹੁਣ ਅੱਜ ਦੇ ਸਮੇਂ ਵਿੱਚ ਜੋ ਪੰਜਾਬੀ ਇੰਡਸਟਰੀ ਦੇ ਵਿੱਚ ਬਣ ਰਹੀਆਂ ਨੇ, ਉਹਦੇ ਉੱਤੇ ਤੁਹਾਡੇ ਕੀ ਵਿਊਜ਼ ਨੇ, ਕਿਹੋ ਜਿਹੀ ਫਿਲਮ ਹੁਣ ਤੁਸੀਂ ਕਰਨਾ ਚਾਹੋਗੇ? ਬਹੁਤ ਵਧੀਆ ਜੀ, ਹੁਣ ਬਿਕੋਜ਼ ਮੈਂ ਜਦੋਂ ਫਿਲਮਾਂ ਕੀਤੀਆਂ ਸੀ ਕਿ ਆਫਕੋਰਸ ਦੋਜ਼ ਰੋਮਾਂਟਿਕ ਵਰ ਵੈਰੀ ਗੁੱਡ, ਤੇਰਾ ਮੇਰਾ ਕੀ ਰਿਸ਼ਤਾ, ਮੰਨਤ ਬਹੁਤ ਲੋਕਾਂ ਨੇ ਪਸੰਦ ਕੀਤੀ ਸੀਗੀ। ਬਟ ਹੁਣ ਮੈਂ ਦੇਖ ਰਹੀ ਹਾਂ ਰੀਸੈਂਟ ਟਾਈਮਸ 'ਚ ਬਹੁਤ ਵਧੀਆ ਰੋਮਾਂਟਿਕ ਫਿਲਮਸ ਆਈਆਂ ਨੇ, ਡਰਾਮਾ ਰੋਮਾਂਟਿਕ ਫਿਲਮਸ, ਮੈਂ ਜ਼ਰੂਰ ਕਰਨਾ ਚਾਹਾਂਗੀ। ਇਨਫੈਕਟ ਹੈ ਕੋਈ ਆਫਰਸ ਹੈਗੇ ਆ ਟੇਬਲ 'ਤੇ, ਸੋ ਹੋਪਫੁਲੀ ਆਈ ਵਿਲ ਬੀ ਅਨਾਊਂਸਿੰਗ ਸਮਥਿੰਗ ਵੈਰੀ ਸੂਨ ਵਿਚ ਇਜ਼ ਗੋਇੰਗ ਟੂ ਬੀ ਅ ਰੋਮਾਂਟਿਕ ਡਰਾਮਾ। ਬਟ ਲੋਕ ਹਾਂਜੀ ਪਸੰਦ ਕਰਦੇ ਹੈਗੇ ਆ ਰੋਮਾਂਟਿਕ ਡਰਾਮਾ, ਐਟਲੀਸਟ ਮੇਰੇ ਕੈਰੇਕਟਰ ਦੇ ਨਾਲ ਕਹਿੰਦੇ ਆ ਕਿ ਸ਼ੁੱਡ ਡੂ ਮੋਰ ਆਫ ਰੋਮਾਂਸਿਸ, ਅਤੇ ਮੈਂ ਤਾਂ ਕਹਿ ਰਹੀ ਹਾਂ ਜੀ ਵੇਟ ਕਰ ਰਹੀ ਹਾਂ ਹੋਰ ਡਾਇਰੈਕਟਰਸ ਲੈ ਕੇ ਆਉਣ, ਸਕ੍ਰਿਪਟਸ ਵਧੀਆ ਕੈਰੇਕਟਰਸ ਲੈ ਕੇ ਆਉਣ, ਜ਼ਰੂਰ ਮੈਂ ਕਰੂੰਗੀ। ਮੈਂ ਘਰ ਛੱਡ ਕੇ ਆ ਗਈ ਹਾਂ। ਪਰ ਪਿਆਰ ਇੱਕ ਦਿਨ ਨੀਤੂ, ਮੈਂ ਤੇਰੇ ਅੱਗੇ ਹੱਥ ਬੰਨਦਾ, ਮੰਨਦਾ ਵੀ ਸਾਰੀਆਂ ਗਲਤੀਆਂ ਮੇਰੀਆਂ ਨੇ, ਪਲੀਜ਼ ਮੰਨਤ ਲਈ ਸਹੀ। ਆਪਾਂ ਗੱਲ ਕਰੀਏ ਰਿਸਪੋਂਸਿਬਿਲਿਟੀ ਦੀ, ਅਫਕੋਰਸ ਇੱਕ ਫੈਨਸ ਹੁੰਦੇ ਨੇ, ਇੱਕ ਫੈਨ ਬੇਸ ਹੁੰਦਾ ਹੈ, ਉਹਨਾਂ ਨੂੰ ਜਿਹੜੀ ਐਕਸਪੈਕਟੇਸ਼ਨਸ ਹੈ ਉਹਨਾਂ ਦੀ ਕੰਪਲੀਟ ਕਰਨੀ ਹੈ, ਸੋ ਕਿਹੋ ਜਿਹੀ ਰਿਸਪੋਂਸਿਬਿਲਿਟੀ ਤੁਸੀਂ ਫੀਲ ਕੀਤੀ ਜਦੋਂ ਤੁਸੀਂ ਨੌਕਰ ਵੋਟੀ ਦਾ ਸਾਈਨ ਕੀਤੀ ਕਿ ਯਾਰ ਹੁਣ ਫੈਨਸ ਨੂੰ ਬਿਲਕੁਲ ਵੀ ਨਿਰਾਸ਼ ਨਹੀਂ ਕਰਨਾ? ਆਈ ਥਿੰਕ ਨਿਰਾਸ਼ ਵਾਲੀ ਮੈਂ ਇੰਨਾ ਪ੍ਰੈਸ਼ਰ ਕਦੀ ਲੈ ਕੇ ਕੰਮ ਨਹੀਂ ਕੀਤਾ, ਬਿਕੋਜ਼ ਆਈ ਹੈਵ ਆਲਵੇਸ ਡਨ ਮਾਈ ਬੈਸਟ, ਅਤੇ ਬਾਕੀ ਉਹਨਾਂ 'ਤੇ ਜੀ ਡਿਪੈਂਡ ਕਰਦਾ, ਬਿਕੋਜ਼ ਕਿਸੇ ਨੂੰ ਕੋਈ ਚੀਜ਼ ਪਸੰਦ ਹੁੰਦੀ ਹੈ, ਕਿਸੇ ਨੂੰ ਕੋਈ ਹੋਰ ਚੀਜ਼ ਪਸੰਦ ਹੁੰਦੀ ਹੈ, ਯੂ ਨੋ ਕਈ ਵਾਰੀ ਹਰ ਇੱਕ ਦੀ ਪ੍ਰੈਫਰੈਂਸ ਅਲੱਗ ਅਲੱਗ ਹੁੰਦੀ ਹੈ। ਕਈਆਂ ਨੂੰ ਜੇ ਮੈਂ ਕੋਮੇਡੀ ਕੀਤੀ ਹੈ ਉਹਨਾਂ ਨੂੰ ਪਸੰਦ ਆਈ, ਕਦੀ ਮੈਂ ਨਿਧੀ ਸਿੰਘ ਕੀਤੀ ਜਿਹੜੀ ਬਿਲਕੁਲ ਹੀ ਓਪੋਜ਼ਿਟ ਸੀਗੀ, ਸੀਰੀਅਸ ਰੋਲ ਸੀਗਾ, ਕਈ ਲੋਕਾਂ ਨੂੰ ਉਹ ਬਹੁਤ ਪਸੰਦ ਆਈ। ਸੋ ਵੇਰੀਏਸ਼ਨਸ ਬਹੁਤ ਨੇ, ਸੋ ਇਹ ਮੇਰੀ ਹਮੇਸ਼ਾ ਟਰਾਈ ਰਹਿੰਦੀ ਹੈ ਕਿ ਜਦੋਂ ਵੀ ਕੋਈ ਅਪਰੋਚ ਕਰਾਂ ਮੈਂ ਰੋਲ, ਅਤੇ ਕਿਤੇ ਨਾ ਕਿਤੇ ਕੋਈ ਸੈਕਸ਼ਨ ਜਿਹੜੇ ਹੈਗੇ ਆ ਸੋਸਾਇਟੀ ਦਾ, ਉਹਨਾਂ ਨੂੰ ਫੋਕਸ 'ਚ ਲੈ ਕੇ ਰੱਖਾਂ, ਯੂ ਨੋ, ਸੋ ਦੈਟ ਯੂ ਟਾਰਗੇਟਿੰਗ ਸੰਬਡੀ ਹੂ ਆਈ ਹੈਵ ਸੀਨ, ਕਿ ਜਿੱਦਾਂ ਅਸੀਂ ਵਾਈਵਸ ਦੇਖਦੇ ਹਾਂ, ਯੂ ਨੋ, ਮੈਂ ਆਪਣੇ ਜਿੰਨੇ ਵੀ ਰਿਲੇਸ਼ਨਸ ਹੈ ਜਾਂ ਫਰੈਂਡ ਸਰਕਲ ਹੈ, ਉਹਨਾਂ 'ਚ ਜਿਹੜੇ ਮੀਆਂ ਬੀਵੀ ਹੁੰਦੇ ਹੈ ਨੌਕਰ ਵੋਟੀ ਦਾ ਸਪੈਸ਼ਲੀ, ਅਤੇ ਉਹ ਵੋਟੀ ਦਾ ਕੀ ਰੋਲ ਹੁੰਦਾ ਹੈ, ਕੀ ਰਿਐਕਸ਼ਨ ਹੁੰਦਾ ਹੈ, ਕੀ ਕਿਸ ਤਰ੍ਹਾਂ ਉਹਨਾਂ ਦੇ ਸੈਂਟੀਮੈਂਟਸ ਹੁੰਦੇ ਆ, ਕੀ ਉਹਨਾਂ ਦਾ ਥੋਟ ਪ੍ਰੋਸੈਸ ਚੱਲਦਾ, ਸੋ ਆਈ ਥਿੰਕ ਆਈ ਗੈਦਰ ਦੈਟ ਐਂਡ ਨੌਕਰ ਵੋਟੀ ਦਾ, ਜਿਹੜੀ ਵੋਟੀ ਤੁਸੀਂ ਦੇਖ ਰਹੇ ਹੋ ਬੜੀ ਗੱਲਾਂ ਕਰਦੀ ਹੈ ਵੋਟੀ ਦੀ ਇਹ ਫਿਲਮ 'ਚ, ਸੋ ਆਈ ਥਿੰਕ ਸਮਵੇਅਰ ਆਈ ਪੁੱਟ ਦੈਟ ਲਿਟਲ ਫੇਵਰ। ਜਦੋਂ ਟ੍ਰੇਲਰ ਰਿਲੀਜ਼ ਹੋਇਆ, ਜਿੱਦਾਂ ਪਹਿਲਾਂ ਤੁਹਾਨੂੰ ਨਰਵਸਨੈਸ ਥੋੜ੍ਹੀ ਜਿਹੀ ਹੁੰਦੀ ਹੈ, ਐਕਸਾਈਟਮੈਂਟ ਵੀ ਹੁੰਦੀ ਹੈ, ਇਸ ਵਾਰ ਵੀ ਉਦਾਂ ਹੀ ਸੇਮ ਫੀਲਿੰਗ ਸੀਗੀ? ਮੈਨੂੰ ਤਾਂ ਬਹੁਤ ਹੀ ਐਕਸਾਈਟਮੈਂਟ ਹੁੰਦੀ ਹੈ, ਮੈਂ ਹਮੇਸ਼ਾ ਹੀ, ਮਤਲਬ ਜਦੋਂ ਵੀ ਮੈਂ ਕੋਈ ਫਿਲਮ ਕਰ ਰਹੀ ਹੁੰਦੀ ਹਾਂ, ਕਦੇ ਵੀ ਕੈਮਰੇ ਦੇ ਸਾਹਮਣੇ ਮੈਨੂੰ ਐਕਸਾਈਟਮੈਂਟ ਬੜੀ ਹੁੰਦੀ ਹੈ, ਸੋ ਆਈ ਫੀਲ ਦੈਟ ਦੈਟਸ ਅ ਸਰਟਨ ਪੋਜ਼ਿਟਿਵ ਐਨਰਜੀ ਵਿਚ ਯੂ ਨੀਡ ਟੂ ਚੈਨਲਾਈਜ਼, ਅਤੇ ਇੱਕ ਫੋਕਸ ਹੁੰਦਾ ਹੈ ਜਦੋਂ ਕੈਮਰੇ ਦੇ ਸਾਹਮਣੇ, ਕਿਸ ਤਰ੍ਹਾਂ ਤੁਸੀਂ ਉਹਨੂੰ ਟਰਾਂਸਫਾਰਮ ਕਰ ਸਕਦੇ ਹੋ ਆਪਣੇ ਕੰਮ ਵਿੱਚ, ਮਤਲਬ ਐਕਸਾਈਟਮੈਂਟ ਵੀ ਕੰਟੇਨ ਕਰਨੀ ਚਾਹੀਦੀ, ਕਿ ਤੁਸੀਂ ਉਹ ਬਿਲਕੁਲ ਹੀ ਮਤਲਬ ਓਵਰ ਦਾ ਟੋਪ ਨਾ ਹੋ ਜਾਓ ਕਿ ਬਹੁਤ ਲਾਊਡ ਹੋ ਜਾਏ ਕੋਈ ਵੀ ਐਕਟਿੰਗ, ਬਟ ਉਹਨਾਂ ਨੂੰ ਬਹੁਤ ਇੱਕ ਤਰੀਕੇ ਨਾਲ, ਇੱਕ ਸਲੀਕੇ ਨਾਲ ਪ੍ਰੈਜੈਂਟ ਕਰਨਾ ਬਹੁਤ ਇੰਪੋਰਟੈਂਟ ਹੈ। ਜੀ ਜੀ, ਸਾਲ 'ਚ ਕਿੰਨੀ ਕੁ ਗੱਡੀ 'ਚ ਲਾ ਲੈਂਦੇ ਤੁਸੀਂ? ਸਾਲ 'ਚ ਕਿੰਨੀ ਗੱਡੀ 'ਚ? 13 ਸਾਲ ਤੁਹਾਨੂੰ ਪੰਜਾਬੀ ਇੰਡਸਟਰੀ ਦੇ ਵਿੱਚ ਹੋ ਗਏ ਨੇ, ਰਾਈਟ? ਈਵਨ 3 ਸਾਲ, ਆਈ ਗੈਸ 3 ਸਾਲ 1 ਮਹੀਨੇ 1 ਦਿਨ ਪਹਿਲਾਂ ਤੁਹਾਡੀ ਨਿਧੀ ਸਿੰਘ ਵੀ ਰਿਲੀਜ਼ ਹੋਈ ਸੀ, ਹੈ ਨਾ? ਸੋ ਹੁਣ 13 ਸਾਲ ਦੀ ਜਰਨੀ ਕਿੱਦਾਂ ਦੀ ਤੁਸੀਂ ਦੇਖਦੇ ਹੋ, ਕਿ ਕਿਹੋ ਜਿਹੀ ਜਰਨੀ ਰਹੀ ਹੈ ਇਸ ਪੰਜਾਬੀ ਇੰਡਸਟਰੀ ਦੇ ਵਿੱਚ ਤੁਹਾਡੀ? ਬਹੁਤ ਬਹੁਤ ਹੀ ਵਧੀਆ, ਅਤੇ ਬਹੁਤ ਛੇਤੀ ਗਰੋ ਕੀਤੀ ਹੈ ਇੰਡਸਟਰੀ ਜੀ, ਯੂ ਨੋ, ਜਦੋਂ ਮੈਂ ਸਟਾਰਟ ਕੀਤੀ ਸੀ ਫਿਲਮਾਂ ਪੰਜਾਬੀ ਦੀਆਂ, ਮੈਨੂੰ ਸਾਰੇ ਲੋਕ ਜਦੋਂ ਮੈਂ ਹਿੰਦੀ ਟੈਲੀਵਿਜ਼ਨ ਤੋਂ ਮੈਂ ਜਦੋਂ ਸ਼ਿਫਟ ਕਰਨਾ ਸੀਗਾ, ਮੈਨੂੰ ਲੋਕ ਕਹਿੰਦੇ ਸੀ ਨਹੀਂ 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 ਪੰਜਾਬੀ ਇੰਡਸਟਰੀ ਯੂ ਨੋ ਸਲੋ ਹੈ, ਛੋਟੀ ਹੈ, ਤੁਸੀਂ ਨਹੀਂ ਕਰਨਾ ਚਾਹੀਦਾ ਹੈ, ਬਹੁਤ ਲੋਕਾਂ ਨੇ ਮੈਨੂੰ ਕਿਹਾ, ਬਟ ਆਈ ਸੈਡ ਨਹੀਂ, ਮੇਰਾ ਦਿਲ ਹੈਗਾ ਕਿ ਇਹ ਮੇਰੀ ਇੱਕ ਕਹਿ ਲਓ ਇੱਕ ਸਰਟਨ ਕੰਟਰੀਬਿਊਸ਼ਨ ਹੈ ਆਪਣੀ ਸੋਸਾਇਟੀ ਵਾਸਤੇ, ਆਪਣੇ ਆਪਣੇ ਕਲਚਰ ਵਾਸਤੇ, ਕਿ ਮੈਂ ਇਹ ਕੁਛ ਕਰਨਾ ਚਾਹੁੰਦੀ ਹਾਂ ਸਪੈਸ਼ਲੀ। ਸੋ ਵੈਨ ਆਈ ਗੋਟ ਦੀ ਓਪਰਚੁਨਿਟੀ, ਜਦੋਂ ਮੈਨੂੰ ਮਨੋਤ ਔਫਰ ਹੋਈ, ਆਈ ਜਸਟ ਕਾਈਂਡ ਆਫ ਜੰਪ ਐਟ ਇਟ, ਮੈਂ ਸੇ ਨਹੀਂ ਨਹੀਂ ਇਹ ਵਧੀਆ ਸਕ੍ਰਿਪਟ ਹੈਗੀ ਐਂਡ ਆਈ ਵਾਂਟ ਟੂ ਡੂ ਦਿਸ। ਉਦੋਂ ਫੰਡਸ ਥੋੜ੍ਹੇ ਹੁੰਦੇ ਸੀਗੇ, ਉਦੋਂ ਸਕੇਲ ਥੋੜ੍ਹਾ ਹੁੰਦਾ ਸੀਗਾ, ਆਡੀਅੰਸ ਵੀ ਥੋੜ੍ਹੀ ਹੁੰਦੀ ਸੀਗੀ, ਮੈਂ ਕਿਤੇ ਹੋਰ ਵੀ ਗੱਲ ਕਰ ਰਹੀ ਸੀ ਕਿ ਥੀਏਟਰ ਸਾਡੇ ਇੰਨੇ ਨਹੀਂ ਸੀਗੇ ਉਦੋਂ, ਯੂ ਨੋ, ਫੈਮਿਲੀ ਕਲਚਰ ਨਹੀਂ ਸੀ ਇੰਨਾ ਥੀਏਟਰਸ ਜਾਣ ਦਾ, ਬਟ ਸਮਾਂ ਵਧੀਆ ਆਇਆ ਪੰਜਾਬ ਦੇ ਵਿੱਚ, ਯੂ ਨੋ, ਥੀਏਟਰਸ ਵਧੇ, ਪੋਪੂਲੇਸ਼ਨ ਹੋਰ ਇਨਕਰੇਜ ਕਰਦੀ ਸੀ, ਫੈਮਿਲੀਜ਼ ਇਕੱਠੇ ਜਾ ਕੇ ਹੁਣ ਜਾਂਦੇ ਨੇ ਥੀਏਟਰਸ, ਸੋ ਉਹਦੇ ਕਰਕੇ ਇਨਕਰੇਜਮੈਂਟ ਹੋਈ, ਫਿਰ ਆਡੀਅੰਸ ਵੱਧਦੀ ਹੈ, ਅਤੇ ਫਿਰ ਪ੍ਰੋਡਕਸ਼ਨਸ ਵੱਧਦੇ ਨੇ, ਫਾਈਨੈਂਸਰਸ ਆਉਂਦੇ ਨੇ, ਪ੍ਰੋਡਿਊਸਰਸ ਆਉਂਦੇ ਨੇ ਹੋਰ,
ਟੈਲੈਂਟ ਕਿੰਨਾ ਆਇਆ ਯੂ ਨੋ ਸੋ ਮੈਨੀ ਐਕਟਰਸ ਮਤਲਬ ਸਾਡੇ ਟਾਈਮ ਤੋਂ ਐਕਟਰਸ ਹੀ ਨਹੀਂ ਮਤਲਬ ਯੂ ਨੋ ਸ਼ੁਰੂ ਸੀਗੇ ਬਟ ਨਾਓ ਇੰਨੇ ਵਧੀਆ ਵਧੀਆ ਐਕਟਰਸ ਆ ਰਹੇ ਨੇ ਯੂ ਨੋ ਸੋ ਆਈ ਥਿੰਕ ਇਟਸ ਅ ਗ੍ਰੇਟ ਫੇਜ਼ ਆਈ ਫੀਲ ਸੋ ਐਕਸਾਈਟਡ ਕਿ ਯੂ ਨੋ ਆਈ ਐਮ ਹੇਅਰ ਐਟ ਦ ਰਾਈਟ ਟਾਈਮ ਵੈਲ ਅਸੀਂ ਸਾਰੀਆਂ ਗੱਲਾਂ ਕਰ ਲਈਆਂ ਨੇ ਕਿ ਫਿਰ ਤੋਂ ਪੰਜਾਬੀ ਇੰਡਸਟਰੀ ਦੇ ਵਿੱਚ ਆ ਕੇ ਕਿੱਦਾਂ ਦਾ ਲੱਗ ਰਿਹਾ 13 ਸਾਲ ਪਹਿਲਾਂ ਦੀ ਪੰਜਾਬੀ ਇੰਡਸਟਰੀ ਬਹੁਤ ਛੋਟੀ ਜਿਹੀ ਹੁੰਦੀ ਸੀ ਅਤੇ ਹੁਣ ਬਹੁਤ ਹੀ ਜ਼ਿਆਦਾ ਵੱਡੀ ਹੋ ਗਈ ਹੈ ਈਵਨ ਹਜੇ ਜਿਹੜਾ ਸੋਸ਼ਲ ਮੀਡੀਆ ਹੈ ਉਹਦੇ ਉੱਤੇ ਪ੍ਰਮੋਸ਼ਨਸ ਹੁੰਦੀਆਂ ਰਹੇ ਸੋ ਕੀ ਕਹਿਣਾ ਹੁਣ ਅੱਜ ਦੀ ਪੰਜਾਬੀ ਇੰਡਸਟਰੀ ਦੇ ਬਾਰੇ ਅਤੇ ਤੁਹਾਡਾ ਮੈਂ ਜਦੋਂ ਮਿਹਨਤ ਕੀਤੀ ਉਦੋਂ ਸੋਸ਼ਲ ਮੀਡੀਆ ਨਹੀਂ ਹੁੰਦਾ ਸੀ ਸੋ ਇੱਕ ਕਹਿ ਲਓ ਥੋੜ੍ਹੀ ਜਿਹੀ ਪ੍ਰਮੋਸ਼ਨ ਸੌਖੀ ਹੁੰਦੀ ਸੀਗੀ ਬਟ ਹੁਣ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਹੈਗਾ ਵਿਚ ਇਜ਼ ਗੁੱਡ ਕਿਉਂਕਿ ਕਨੈਕਟ ਛੇਤੀ ਹੁੰਦੇ ਆ ਫੈਨਸ ਨੂੰ ਪਤਾ ਚੱਲਦਾ ਹੈ ਕਿ ਕਦੋਂ ਫਿਲਮ ਆ ਰਹੀ ਹੈ ਕੀ ਅਪਡੇਟਸ ਹੋ ਰਹੀਆਂ ਨੇ ਕਦੋਂ ਮਤਲਬ ਯੂ ਨੋ ਇਟ ਇਟਸ ਬਿਕਮ ਈਜ਼ੀਅਰ ਫਿਲਮ ਪ੍ਰਮੋਟ ਕਰਨੀ ਸੋਸ਼ਲ ਮੀਡੀਆ ਕਹਿ ਲਓ ਪਹਿਲਾਂ ਮੈਂ ਪਰਸਨਲੀ ਅਵੋਇਡ ਕਰਦੀ ਸੀਗੀ ਸੋਸ਼ਲ ਮੀਡੀਆ ਬਿਕੋਜ਼ ਸਡਨਲੀ ਪਰਸਨਲ ਲਾਈਫ ਤੁਹਾਡੀ ਬਿਲਕੁਲ ਮਤਲਬ ਪਬਲਿਕ ਪਲੈਟਫਾਰਮ 'ਤੇ ਆਉਣੀ ਥੋੜ੍ਹੀ ਜਿਹੀ ਉਹ ਹੁੰਦੀ ਹੈ ਬਟ ਨਾਓ ਆਈ ਥਿੰਕ ਆਈਵ ਗੋਟ ਗੈਟਿੰਗ ਯੂਜ਼ ਟੂ ਇਟ ਅਤੇ ਬਹੁਤ ਹੀ ਵਧੀਆ ਲੱਗਦਾ ਹੈ ਐਂਡ ਪੰਜਾਬੀ ਇੰਡਸਟਰੀ ਲਈ ਇੱਕ ਬਹੁਤ ਵੱਡਾ ਲੀਪ ਹੈਗਾ ਮੈਨੂੰ ਗਰੋਥ ਬਹੁਤ ਹੋਈ ਹੈ ਉਸ ਕਰਕੇ ਆਈ ਥਿੰਕ ਸੋਸ਼ਲ ਮੀਡੀਆ 'ਤੇ ਵੀ ਬਹੁਤ ਇਫੈਕਟ ਪੈ ਰਿਹਾ ਜਾਂ ਵਾਈਸਾ ਵਰਸਾ ਕਿ ਅਗਰ ਪ੍ਰਮੋਸ਼ਨ ਜਿਹੜੀ ਹੁੰਦੀ ਹੈ ਜਿੱਦਾਂ ਬਾਹਰ ਸਾਡੇ ਕੰਟਰੀਜ਼ 'ਚ ਲੋਕ ਬੈਠੇ ਹੈ ਸੋ ਉਹਨਾਂ ਲਈ ਜਿੱਦਾਂ ਹੁਣ ਲੋਕਲ ਸਾਡੇ ਜਿੱਦਾਂ ਪ੍ਰੈਸ ਹੁੰਦੀ ਹੈ ਜਾਂ ਕੋਈ ਵੀ ਆਰਟੀਕਲ ਜਾਂ ਇੰਟਰਵਿਊਜ਼ ਹੁੰਦੇ ਹੈ ਉਹ ਉਹਨਾਂ ਨੂੰ ਵੇਖਣ ਨੂੰ ਮਿਲਦੇ ਹੈ ਹੁਣ ਯੂ ਨੋ ਸੋ ਐਂਡ ਇਟਸ ਇੰਸਟੈਂਟ ਉਹਨਾਂ ਨੂੰ ਸਭ ਅਪਡੇਟਸ ਮਿਲਦੀਆਂ ਰਹਿੰਦੀਆਂ ਨੇ ਕਿ ਪ੍ਰਮੋਸ਼ਨ ਦੇ ਇੱਥੇ ਹੋ ਰਹੀ ਹੈ ਇਹ ਹੋ ਰਿਹਾ ਪਤਾ ਨਹੀਂ ਕਿੰਨਾ ਕੁਛ ਹੋ ਰਿਹਾ ਸੋ ਆਈ ਥਿੰਕ ਇਟਸ ਅ ਵੈਰੀ ਨਾਈਸ ਥਿੰਗ ਐਂਡ ਇਟਸ ਅ ਗ੍ਰੇਟ ਟੂਲ ਟੂ ਬੀ ਯੂਜ਼ਡ ਇਨ ਮਾਰਕੀਟਿੰਗ ਸੁਣੋ ਭਾਜੀ ਸਿਮਰਨ ਦੀਦੀ ਆ ਰਹੇ ਨੇ ਜੇ ਮੈਨੂੰ ਭਾਜੀ ਕਹਿਣ ਦਾ ਇੰਨਾ ਹੀ ਸ਼ੌਕ ਹੈ ਨਾ ਫਿਰ ਸਿਮਰਨ ਨੂੰ ਦੀਦੀ ਕਹਿਣ ਦੀ ਲੋੜ ਨਹੀਂ ਤਾਂ ਹੋਰ ਹੀ ਰਿਸ਼ਤਿਆਂ ਦੀ ਮਿਕਸ ਵਿੱਚ ਬਣਾ ਕੇ ਧਰ ਦਿੰਦਾ ਕਿਮਲਾ ਪਗਲਾ ਦੀਵਾਨਾ ਵਾਸ ਅ ਸੁਪਰ ਹਿੱਟ ਮੂਵੀ ਈਵਨ ਲੋਕਾਂ ਨੇ ਤੁਹਾਨੂੰ ਹੋਰ ਜਾਣਿਆ ਇਸ ਫਿਲਮ ਦੇ ਨਾਲ ਸੋ ਹੁਣ ਬਾਲੀਵੁੱਡ ਨੂੰ ਲੈ ਕੇ ਤੁਹਾਡੇ ਕੀ ਖਿਆਲ ਨੇ ਕਿਉਂਕਿ ਬਾਲੀਵੁੱਡ ਤੋਂ ਵੀ ਬਹੁਤ ਜ਼ਿਆਦਾ ਆਈ ਗੈਸ ਬਹੁਤ ਜ਼ਿਆਦਾ ਵੱਡਾ ਗੈਪ ਪੈ ਗਿਆ ਤੁਹਾਡਾ ਬਾਲੀਵੁੱਡ ਆਲਸੋ ਲੇਕਿਨ ਮੈਂ ਹਮੇਸ਼ਾ ਮੈਨੂੰ ਮੈਂ ਕਦੀ ਆਫ ਟੱਚ ਨਹੀਂ ਰਹੀ ਸੀਗੀ ਬਾਲੀਵੁੱਡ ਤੋਂ ਬਟ ਐਜ਼ ਆਈ ਸੈਡ ਕਿ ਥੋੜ੍ਹਾ ਜਿਹਾ ਰੁਝਾਵ ਵੀ ਨਹੀਂ ਕਹਿ ਲਓ ਬਟ ਬਿਕੋਜ਼ ਟਾਈਮ ਨਹੀਂ ਸੀਗਾ ਇੱਥੇ ਰਹਿਣ ਦਾ ਇੰਡੀਆ ਸੋ ਆਈ ਕੁਡ ਟੇਕ ਆਊਟ ਟਾਈਮ ਟੂ ਡੂ ਪ੍ਰੋਜੈਕਟਸ ਹੇਅਰ ਬਟ ਲੇਕਿਨ ਵਿੱਚ ਮੈਨੂੰ ਕਾਫੀ ਕਾਲਸ ਉਦੋਂ ਵੀ ਆਉਂਦੀਆਂ ਰਹੀਆਂ ਬਾਲੀਵੁੱਡ ਤੋਂ ਵੀ ਆਈਆਂ ਹੁਣ ਵੀ ਆ ਰਹੀਆਂ ਨੇ ਸੋ ਆਈ ਥਿੰਕ ਨਾਓ ਆਈ ਵਾਂਟ ਟੂ ਫੋਕਸ ਔਨ ਬਾਲੀਵੁੱਡ ਐਸ ਵੈਲ ਸੋ ਹੋਪਫੁਲੀ ਸ਼ੁੱਡ ਬੀ ਅਨਾਊਂਸਿੰਗ ਸਮਥਿੰਗ ਗੋਲਡੀ ਸਾਲਿਆ ਕੁੱਤਿਆ ਕਮੀਨਿਆ ਜੀ ਕਰਦਾ ਤੇਰੇ ਕੰਨ ਤੇ ਥੱਪੜ ਮਾਰਾਂ ਮੈਂ ਜੇ ਇਹਨੂੰ ਇੱਜ਼ਤ ਕਹਿਣਾ ਨਾ ਫੇਰ ਨਹੀਂ ਬੇਇੱਜ਼ਤੀ ਮਹਿਸੂਸ ਹੁੰਦੀ ਤੈਨੂੰ ਉਹ ਜੀ ਲੱਗਣੋ ਸੋ ਅਪਕਮਿੰਗ ਪ੍ਰੋਜੈਕਟਸ ਦੀ ਜੇ ਗੱਲ ਕਰੀਏ ਕਿਹੋ ਜਿਹੀਆਂ ਫਿਲਮਾਂ ਤੁਸੀਂ ਕਰਨਾ ਚਾਹੁੰਦੇ ਹੋ ਸੋ ਦੈਟ ਫੈਨਸ ਨੂੰ ਹੋਰ ਜ਼ਿਆਦਾ ਮਜ਼ਾ ਮਤਲਬ ਐਂਟਰਟੇਨ ਹੋਵੇ ਤੁਹਾਡੀ ਐਕਟਿੰਗ ਦੇ ਨਾਲ ਹੋਰ ਜ਼ਿਆਦਾ ਮੈਂ ਤਾਂ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਜੀ ਹਰ ਪ੍ਰੋਜੈਕਟ ਮੈਂ ਜਿਹੜਾ ਕਰਾਂ ਉਹ ਸਿਲੈਕਟਿਵ ਹੋਵੇ ਕੋਈ ਡਿਫਰੈਂਟ ਸਟੋਰੀ ਹੋਵੇ ਕੈਰੈਕਟਰ ਹੋਵੇ ਬਟ ਜਿੱਦਾਂ ਮੈਂ ਕਹਿੰਦੀ ਹਾਂ ਕਿ ਸ਼ਾਇਦ ਜੋ ਮੈਂ ਕਰਨਾ ਚਾਹੁੰਦੀ ਹਾਂ ਉਹ ਫੈਨਸ ਕੁਛ ਮੈਨੂੰ ਹੋਰ ਵੀ ਐਕਸਪੈਕਟ ਕਰਦੇ ਕਿ ਹੋਰ ਕਿਸੇ ਸੋ ਮੇਰਾ ਤਾਂ ਇਹੀ ਫੋਕਸ ਰਿਹਾ ਕਿ ਜੀ ਮੈਂ ਕਾਮੇਡੀ ਵੀ ਕਰਾਂ ਰੋਮਾਂਸ ਵੀ ਕਰਾਂ ਕੋਈ ਹਟ ਕੇ ਵੁਮੈਨ ਓਰੀਐਂਟਡ ਸਬਜੈਕਟਸ ਹੈ ਉਹਦੇ 'ਤੇ ਵੀ ਫੋਕਸ ਹੈਗਾ ਕਿ ਮੈਨੂੰ ਕੋਈ ਮੈਂ ਹਮੇਸ਼ਾ ਲੱਭਦੀ ਰਹਿੰਦੀ ਕੋਈ ਵਧੀਆ ਸਕ੍ਰਿਪਟਸ ਹੋਣ ਕੋਈ ਇਹੋ ਜਿਹੇ ਡਾਇਰੈਕਟਰਸ ਜਾਂ ਰਾਈਟਰਸ ਲੈ ਕੇ ਆਉਣ ਕੋਈ ਕੋਈ ਬਾਇਓਪਿਕਸ ਲੈ ਕੇ ਆਉਣ ਜਾਂ ਯੂ ਨੋ ਸੋ ਸਮਥਿੰਗ ਵਿਚ ਇਜ਼ ਵੈਰੀ ਨਾਈਸ ਐਂਡ ਗੁੱਡ ਐਂਡ ਆਈ ਵੁੱਡ ਡੂ ਐਨੀਥਿੰਗ ਜੀ ਯੂ ਨੋ ਇਟ ਸਮਥਿੰਗ ਵਿਚ ਇਜ਼ ਇੰਟਰਸਟਿੰਗ ਯਾ ਮੈਨੂੰ ਵਧੀਆ ਲੱਗੂਗਾ ਆਈ ਗੈਸ ਲਾਸਟ ਗੁੱਡੀਆਂ ਪਟੋਲੇ ਵਾਸ ਲਾਈਕ ਵੁਮਨ ਸੈਂਟ੍ਰਿਕ ਤੇ ਉਹਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਈਵਨ ਉਹਨੇ ਰਿਕਾਰਡਸ ਵੀ ਬ੍ਰੇਕ ਕੀਤੇ ਤੇ ਜੇ ਮੈਂ ਗੱਲ ਕਰਾਂ ਨਾ ਕਿ ਫੈਨਸ ਦੇਖਣਾ ਚਾਹੁੰਦੇ ਨੇ ਇੱਦਾਂ ਦੀਆਂ ਪੰਜਾਬੀ ਇੰਡਸਟਰੀ ਦੇ ਜਿਹੜੇ ਫੈਨਸ ਨੇ ਆਡੀਅੰਸ ਨੇ ਉਹਦਾਂ ਦੀਆਂ ਫਿਲਮਾਂ ਦੇਖਣਾ ਚਾਹੁੰਦੇ ਨੇ ਪਰ ਕਿਤੇ ਨਾ ਕਿਤੇ ਡਾਇਰੈਕਟਰ ਪ੍ਰੋਡਿਊਸਰ ਰਿਸਕ ਨਹੀਂ ਲੈਣਾ ਚਾਹੁੰਦੇ ਤੁਹਾਨੂੰ ਲੱਗਦਾ ਰਿਸਕ ਵਾਈਜ਼ ਆਈ ਥਿੰਕ ਹੁਣ ਤੇ ਸਾਰਾ ਕੁਝ ਸਾਹਮਣੇ ਆ ਹੀ ਗਿਆ ਹੈ ਕਿਉਂਕਿ ਲੋਕੀ ਦੇਖ ਰਹੇ ਆ ਬਿਜ਼ਨਸ ਕਰ ਰਹੀਆਂ ਨੇ ਫਿਲਮਾਂ ਯੂ ਨੋ ਸੋ ਆਈ ਫੀਲ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਰਿਸਕ ਜੇ ਨਾ ਲਓਗੇ ਤੇ ਉਦੋਂ ਤੱਕ ਕੋਈ ਡਿਫਰੈਂਟ ਹੀ ਚੀਜ਼ ਨਹੀਂ ਲਿਆ ਸਕਦੇ ਕੋਈ ਰੈਵੋਲਿਊਸ਼ਨ ਨਹੀਂ ਹੋ ਸਕਦਾ ਇੰਡਸਟਰੀ ਵਿੱਚ ਸੋ ਆਈ ਐਮ ਸ਼ੋਰ ਕੋਈ ਨਾ ਕੋਈ ਜ਼ਰੂਰ ਆਣਗੇ ਇਨਫੈਕਟ ਜ਼ਰੂਰੀ ਨਹੀਂ ਕਿ ਸਿਰਫ ਐਜ਼ ਐਨ ਐਕਟਰ ਵਿਮੈਨ ਓਰੀਐਂਟਡ ਸਬਜੈਕਟਸ ਮੈਂ ਤਾਂ ਕਹਿੰਦੀ ਡਾਇਰੈਕਟਰਸ ਵੀ ਵਿਮੈਨ ਜਿਹੜੀਆਂ ਨੇ ਉਹ ਅੱਗੇ ਆਉਣ ਜਿਹੜੀ ਰਾਈਟਰਸ ਨੇ ਉਹ ਵਿਮੈਨ ਅੱਗੇ ਆਉਣ ਬਹੁਤ ਵਧੀਆ ਸਾਡੀ ਰਾਈਟਰਸ ਹੈਗੀਆਂ ਨੇ ਮੈਂ ਕਈ ਵਾਰੀ ਬਹੁਤ ਲੋਕਾਂ ਨੂੰ ਮਿਲੀ ਹੈਗੀ ਜਿਹੜੇ ਬਹੁਤ ਵਧੀਆ ਲੇਖਕ ਨੇ ਜਾਂ ਈਵਨ ਡਾਇਰੈਕਟਰਸ ਬਣਨਾ ਚਾਹੁੰਦੀਆਂ ਨੇ ਸੋ ਆਈ ਫੀਲ ਵੀ ਸ਼ੁੱਡ ਗਿਵ ਓਪਰਚੁਨਿਟੀ ਟੂ ਆਲ ਆਫ ਦੈਮ ਜੀ ਨੀਤੂ ਮੈਂ ਤੇਰੇ ਅੱਗੇ ਹੱਥ ਬੰਨਦਾ ਮੰਨਦਾ ਵੀ ਸਾਰੀਆਂ ਗਲਤੀਆਂ ਮੇਰੀਆਂ ਨੇ ਪਲੀਜ਼ ਮੰਨਤ ਲਈ ਸਹੀ ਸਾਨੂੰ ਚੈਨ ਨਾਲ ਜੀ ਲੈਣ ਦੇ ਇੱਕ ਮੌਕਾ ਇਸ ਸਾਲ ਤਾਂ ਆਈ ਗਿਆ ਪੰਜਾਬੀ ਇੰਡਸਟਰੀ ਬਹੁਤ ਹੀ ਜ਼ਿਆਦਾ ਅੱਗੇ ਵਧੀ ਕਿ 90 ਫਿਲਮਸ ਰਿਲੀਜ਼ ਹੋ ਰਹੀਆਂ ਨੇ ਰਾਈਟ 52 ਵੀਕਸ ਨੇ ਸੋ ਤੁਹਾਡਾ ਇਸ ਉੱਤੇ ਕੀ ਕਹਿਣਾ ਹੈ ਕਿ ਇਹ ਸਾਡੀ ਪੰਜਾਬੀ ਇੰਡਸਟਰੀ ਲਈ ਸਹੀ ਹੈ ਕਿ ਕਿਤੇ ਨਾ ਕਿਤੇ ਥੋੜ੍ਹਾ ਨੁਕਸਾਨ ਵੀ ਹੋ ਸਕਦਾ ਹੈ
ਗੱਲ ਇਹ ਹੁੰਦੀ ਹੈ ਕਿ ਜੇ ਹੁਣ ਜਦੋਂ ਗਰੋਥ ਹੋ ਰਹੀ ਹੈ ਤਾਂ ਤੁਸੀਂ ਕਿਸੇ ਨੂੰ ਕਹਿ ਨਹੀਂ ਸਕਦੇ, ਮਨਾ ਨਹੀਂ ਕਰ ਸਕਦੇ ਕਿ ਮੈਂ ਫਿਲਮ ਕਰ ਰਹੀ ਤੁਸੀਂ ਨਹੀਂ ਕਰੋ। ਯੂ ਨੋ ਇਟਸ ਐਨ ਓਪਨ ਮਾਰਕੀਟ, ਇਟਸ ਐਵਰੀਵਨ ਹੈਜ਼ ਦ ਰਾਈਟ। ਸੋ ਆਈ ਫੀਲ ਕਿ ਜੇ ਵੱਧ ਰਹੀ ਹੈ ਤਾਂ ਚੰਗਾ ਹੀ ਹੋ ਰਿਹਾ। ਯੂ ਨੋ ਇੱਕ ਹੈਲਦੀ ਕੰਪੀਟੀਸ਼ਨ ਵੀ ਬਣਦਾ ਹੈਗਾ, ਇੱਕ ਹੈਲਦੀ ਸੈਂਟੀਮੈਂਟ ਬਣਦਾ ਹੈਗਾ। ਅਫਕੋਰਸ ਜਿੱਦਾਂ ਹੁਣ ਹਿੰਦੀ ਫਿਲਮ ਤੁਸੀਂ ਦੇਖਦੇ ਹੋ, ਹਰ ਵੀਕ 'ਚ ਜ਼ਰੂਰੀ ਨਹੀਂ ਹੈਗਾ ਕਿ ਇੱਕੋ ਹੀ ਫਿਲਮ ਰਿਲੀਜ਼ ਹੋਈ ਜਾਂ ਦੋ, ਪਰ ਹਰ ਇੱਕ ਕੋਈ ਅਕੋਮੋਡੇਟ ਕਰ ਰਿਹਾ, ਹਰ ਇੱਕ ਕੋਈ ਵਧੀਆ ਕਰ ਰਿਹਾ। ਯੂ ਨੋ ਸੋ ਆਈ ਥਿੰਕ ਉਹ ਸਾਡਾ ਬੈਲੈਂਸ ਹਲੇ ਥੋੜ੍ਹਾ ਜਿਹਾ ਬਣ ਰਿਹਾ ਹੈਗਾ ਕਿ ਜਦੋਂ ਇੱਕ ਵੀਕ 'ਚ ਤਿੰਨ ਫਿਲਮਾਂ ਰਿਲੀਜ਼ ਹੋ ਜਾਣੀਆਂ, ਦੋ ਫਿਲਮਾਂ ਰਿਲੀਜ਼ ਹੋ ਜਾਣ, ਜੇ ਇਸ ਸਾਲ 90 ਆਈਆਂ ਆਈ ਐਮ ਸ਼ੋਰ ਅਗਲੇ ਸਾਲ ਹੋਰ ਵੀ ਆਉਣਗੀਆਂ। ਸੋ ਆਈ ਥਿੰਕ ਆਡੀਅੰਸ ਬਹੁਤ ਸਾਡੀ ਇੰਟੈਲੀਜੈਂਟ ਹੈਗੀ ਕਿ ਉਹਨਾਂ ਨੂੰ ਪਤਾ ਹੁੰਦਾ ਕਿ ਉਹਨਾਂ ਨੇ ਕੀ ਵੇਖਣਾ ਹੈਗਾ। ਹਰ ਇੱਕ ਆਡੀਅੰਸ ਲਈ ਇੱਕ ਫੋਕਸ ਹੁੰਦਾ ਕਿ ਨਹੀਂ ਅਸੀਂ ਡਰਾਮਾ ਵੇਖਣਾ ਜਾਂ ਹਰ ਇੱਕ ਸਬਜੈਕਟ ਦੀ ਫੈਨ ਫੋਲੋਇੰਗ ਹੁੰਦੀ ਆ ਆਪਣੀ। ਸੋ ਉੱਦਾਂ ਕਰਨਾ ਚਾਹੀਏ। ਇਨਫੈਕਟ ਮੈਂ ਤਾਂ ਕਹਿੰਦੀ ਕਿ ਈਵਨ ਚਿਲਡਰਨ ਸਬਜੈਕਟਸ ਬਹੁਤ ਘੱਟ ਆਏ ਨੇ, ਉਹਨਾਂ 'ਤੇ ਚਿਲਡਰਨਸ ਫਿਲਮ ਬਣਨੀਆਂ ਚਾਹੀਦੀਆਂ ਨੇ, ਯੂ ਨੋ, ਹੋਰ ਇਹਨਾਂ ਉਹਨਾਂ ਨੂੰ ਫੋਕਸ 'ਤੇ ਰੱਖ ਕੇ। ਜੀ ਜੀ। ਮੇਰੇ ਪਾਪਾ ਸਾਡੇ ਨਾਲ ਨਹੀਂ ਰਹਿੰਦੇ। ਓ, ਤਲਾਕ ਹੋ ਗਿਆ। ਬਸ ਇਹੀ ਸਮਝ ਲਓ ਜੀ ਕਿ ਅਸੀਂ ਨਾਲ ਵੀ ਨਹੀਂ ਰਹਿੰਦੇ ਤੇ ਡਿਵੋਰਸ ਵੀ ਨਹੀਂ ਹੋਇਆ। ਸੋ ਲਾਸਟਲੀ ਆਈ ਗੈਸ ਮੈਂ ਪੈਕਅਪ ਕਰਨਾ ਹੈ, ਬਟ ਮੈਂ ਇੱਕ ਨੌਕਰ ਵੋਟੀ ਦਾ ਜ਼ਰੂਰ ਕੁਐਸਚਨ ਪੁੱਛਾਂਗੀ ਕਿ ਜਿਵੇਂ ਬਿਨੂ ਢਿੱਲੋਂ ਕਹਿੰਦੇ ਨੇ ਕਿ ਇੱਕ ਆਦਮੀ ਦੀ ਨਾ 30,000 ਵਰਡਸ ਸੁਣਨ ਦੀ ਹੀ ਕੈਪੈਸਿਟੀ ਹੁੰਦੀ ਹੈ। ਕਿੰਨੀ ਘੱਟ ਹੈ ਨਾ, ਕਿੰਨੀ ਘੱਟ ਹੈ ਵੀ ਜਿਹੜੀ ਜਿਹੜੀ ਔਰਤ ਸੁਣਦੀ ਆ ਉਹ ਸਵੇਰ ਤੋਂ ਸ਼ਾਮ ਤੱਕ ਕਿੰਨੀ ਫੈਮਿਲੀ ਮੈਂਬਰਸ ਦੀ ਸੁਣਦੀ ਹੈਗੀ, ਤੁਸੀਂ ਆਪ ਅੰਦਾਜ਼ਾ ਲਾ ਲਓ, ਰਾਈਟ। ਸੋ ਆਈ ਥਿੰਕ ਤੁਹਾਡਾ ਸਵਾਲ ਪੂਰਾ ਕਰ ਰਹੇ ਸੀ ਤੁਸੀਂ। ਹਾਂ, ਮੈਂ ਉਹੀ ਪੁੱਛ ਰਹੀ ਸੀ ਕਿ ਉਹ ਕਹਿੰਦੇ ਕਿ 300,000 ਮੈਨੂੰ ਵਰਡ ਸੁਣਾ ਦਿੰਦੀ ਹੈ, ਸੋ ਕੀ ਕਹਿਣਾ ਤੁਹਾਡੇ ਉਹਦੇ ਉੱਤੇ ਕਿ ਇਦਾਂ ਹੁੰਦਾ ਕਿ ਉਹ ਸਿਰਫ 30,000 ਵਰਡ ਹੀ ਸੁਣ ਸਕਦੇ ਨੇ? ਗੱਲਾਂ ਹੁੰਦੀਆਂ ਜੀ। ਇਹ ਪੁੱਛਣਾ ਹੀ ਮੈਂ ਕਿ ਤੁਸੀਂ ਇਸ ਡਾਇਲੋਗ ਦੇ ਨਾਲ ਕਿੰਨੇ ਕੁਝ ਸਹਿਮਤ ਹੋ? ਮੈਂ ਬਿਲਕੁਲ ਸਹਿਮਤ ਨਹੀਂ ਹੈ, ਨਹੀਂ ਕਿ ਇਹ ਗਲਤ ਹੁੰਦੀ ਹੈ। ਇਹ ਸਭ ਦੀ ਆਪਣੀ ਆਪਣੀ ਕਪੈਸਿਟੀ ਹੁੰਦੀ ਹੈ। ਉਹ ਕਹਿੰਦੇ ਜਦੋਂ ਨਗੋਚ ਕੱਢਣੀ ਹੋਵੇ ਤਾਂ ਕੋਈ ਵੀ ਚੀਜ਼ ਫੜ ਕੇ ਉਹ ਸਟਾਰਟ ਹੋ ਜਾਂਦੀ ਹੈ। ਆਈ ਥਿੰਕ ਉਹ ਸਟੋਰੀ ਹਮੇਸ਼ਾ ਹਰ ਘਰ 'ਚ ਹੁੰਦੀ ਹੈ, ਕਿਤੇ ਤੂੰ ਤੋਂ ਕਿਤੇ ਮੈਂ, ਕਿਸੇ ਦਾ ਕੋਈ ਕੰਪਲੇਨ ਹੁੰਦੀ, ਕਿਸੇ ਦੀ ਕੋਈ ਕੰਪਲੇਨ ਹੁੰਦੀ ਹੈ। ਸੋ ਇਹ ਲਾਈਟਰ ਮੋਡ 'ਤੇ ਅਸੀਂ ਜੀ ਫਿਲਮ ਬਣਾਈ ਹੈਗੀ ਹੈ, ਹਾਸਾ ਮਜ਼ਾਕ ਹੈਗਾ। ਸੋ ਉਹ ਥੋੜ੍ਹੀ ਜਿਹੀ ਨੋਕ ਝੋਕ ਜ਼ਰੂਰ ਹੁੰਦੀ ਹੈ, ਹਰ ਇੱਕ ਦੇ ਘਰ ਹੁੰਦੀ ਹੈ, ਬਟ ਇੱਕ ਬਾਏ ਦਾ ਐਂਡ ਆਫ ਦਾ ਡੇ ਤੁਹਾਨੂੰ ਇੱਕ ਹੈਪੀ ਐਂਡਿੰਗ ਹੋਣੀ ਚਾਹੀਦੀ ਹੈ, ਵਿਚ ਇਜ਼ ਆਲਵੇਜ਼ ਨਾਈਸ ਫੋਰ ਐਵਰੀਬਡੀ। ਜੀ, ਸੋ ਇਹਦੇ ਨਾਲ ਹੀ ਆਏ ਗੇਸ, ਥੈਂਕ ਯੂ ਸੋ ਮੱਚ, ਐਂਡ ਤੁਹਾਡੇ ਨਾਲ ਗੱਲ ਕਰਕੇ ਬਹੁਤ ਜ਼ਿਆਦਾ ਵਧੀਆ ਲੱਗਾ ਆਏ ਗੇਸ। ਤੁਹਾਡੇ ਫੈਨਸ ਵੀ ਬਹੁਤ ਖੁਸ਼ ਹੋਣਗੇ ਤੁਹਾਨੂੰ ਫਿਲਮ ਵਿੱਚ ਦੇਖਣ ਦੇ ਲਈ, ਐਂਡ ਅਸੀਂ ਵੀ ਕਾਫੀ ਐਕਸਾਈਟਡ ਹਾਂ। ਥੈਂਕ ਯੂ ਸੋ ਮੱਚ। ਸੋ ਥੈਂਕ ਯੂ ਸੋ ਮੱਚ, ਐਂਡ ਮਿਲਾਂਗੇ ਅਗਲੇ ਹਫਤੇ ਸਟਾਰ ਟਾਕ ਦੇ ਵਿੱਚ ਕੁਝ ਹੋਰ ਨਵੇਂ ਸੈਲੀਬ੍ਰਿਟੀ ਦੇ ਨਾਲ। ਹੁਣ ਮੈਨੂੰ ਦਿਓ ਇਜਾਜ਼ਤ, ਐਂਡ ਤੁਸੀਂ ਦੇਖਦੇ ਰਹੋ ਸਟਾਰ ਟਾਕ।